ਉਸ ਪ੍ਰਕਿਰਿਆ ਦੇ ਵਿੱਚ ਚੁਣਾਵ ਲੜਿਆ, ਚਾਹੇ ਉਹ ਅੰਮ੍ਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਨੇ, ਅਸੀਂ ਸੰਵਿਧਾਨ ਦੇ ਮੁਤਾਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਸੰਵਿਧਾਨ ਦੇ ਸਾਹਮਣੇ। ਔਰ ਜਿਸ ਪ੍ਰਕਾਰ ਲੋਕਾਂ ਦਾ ਮੈਂਡੇਟ ਰਿਹਾ, ਕਈ ਵਾਰੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਮਾਹੌਲ ਬਣਦਾ ਹੈ। ਸੋ ਮੈਂ ਸਮਝਦਾ ਕਿ ਸਾਨੂੰ ਇਸ ਗੱਲ ਦੀ ਕੋਈ ਆਪੱਤੀ ਨਹੀਂ ਹੈ। ਜੋ ਲੋਕਾਂ ਦਾ ਮੈਂਡੇਟ ਹੈ, ਜੋ ਲੋਕਾਂ ਨੇ ਫੈਸਲਾ ਲਿਆ, ਉਹ ਸਾਡੇ ਸਿਰ ਮੱਥੇ। ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਹੈ ਤਰਨ ਤਾਰਨ ਦੇ ਵਿੱਚ, ਐਂਡ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਕਾਂਗਰਸ ਪਾਰਟੀ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋਈ ਹੈ। ਸੋ ਮੈਨੂੰ ਲੱਗਦਾ ਕਿ ਇਹੋ ਜਿਹੇ ਪਵਿੱਤਰ ਸਥਾਨ ਤੇ ਆ ਕੇ ਸ਼ੁਕਰਾਨਾ ਕਰਨਾ, ਨਤਮਸਤਕ ਹੋਣਾ, ਸੱਚੇ ਪਾਤਸ਼ਾਹ ਬਹੁਤ ਅਪਾਰ ਕਿਰਪਾ ਕਰਦਾ ਹੈ। ਔਰ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਪੂਰੇ ਪੰਜਾਬ ਤੇ, ਪੂਰੇ ਪੰਜਾਬ ਦੇਸ਼, ਦੁਨੀਆ ਚ ਵਸਦੇ ਪੰਜਾਬੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ। ਸਾਨੂੰ, ਸਾਡੇ ਤੇ ਵੀ ਔਰ ਪਾਰਟੀ ਤੇ ਵੀ ਆਪਣਾ ਪੂਰਨ ਆਸ਼ੀਰਵਾਦ ਰੱਖਿਓ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਚ ਦੇਸ਼ ਔਰ ਕੌਮ ਦੀ ਸੇਵਾ ਕਰ ਸਕੀਏ। ਸੋ ਇਸ ਕਰਕੇ ਸਾਰੇ ਜਾਣੇ ਅਸੀਂ ਸ਼ੁਕਰਾਨੇ ਵਜੋਂ ਨਕਮਸਤਕ ਹੋਣ ਵਾਸਤੇ ਇੱਥੇ ਆਏ ਸੀ। ਤਰਨਤਾਰਨ ਦੀ ਸੀਟ ਜਿਹੜੀ ਆ ਕਾਂਗਰਸ ਜਿਹੜੀ ਦੂਸਰੇ ਨੰਬਰ ਤੇ ਰਹੀ ਆ, ਔਰ ਅੰਮ੍ਰਿਤਪਾਲ ਸਿੰਘ ਦਾ ਇੱਕ ਸੰਵਿਧਾਨ ਦੇ ਮੁਤਾਬਕ ਜਿਹੜਾ ਵੀ ਵਿਅਕਤੀ, ਕੋਈ ਵੀ ਵਿਅਕਤੀ ਉਸ ਪ੍ਰਕਿਰਿਆ ਦੇ ਵਿੱਚ ਚੁਣਾਵ ਲੜਿਆ, ਚਾਹੇ ਉਹ ਅੰਮ੍ਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਨੇ, ਅਸੀਂ ਸੰਵਿਧਾਨ ਦੇ ਮੁਤਾਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਸੰਵਿਧਾਨ ਦੇ ਸਾਹਮਣੇ। ਔਰ ਜਿਸ ਪ੍ਰਕਾਰ ਲੋਕਾਂ ਦਾ ਮੈਂਡੇਟ ਰਿਹਾ, ਕਈ ਵਾਰੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਮਾਹੌਲ ਬਣਦਾ ਹੈ। ਸੋ ਮੈਂ ਸਮਝਦਾ ਕਿ ਸਾਨੂੰ ਇਸ ਗੱਲ ਦੀ ਕੋਈ ਆਪੱਤੀ ਨਹੀਂ ਹੈ। ਜੋ ਲੋਕਾਂ ਦਾ ਮੈਂਡੇਟ ਹੈ, ਜੋ ਲੋਕਾਂ ਨੇ ਫੈਸਲਾ ਲਿਆ, ਉਹ ਸਾਡੇ ਸਿਰ ਮੱਥੇ। ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਹੈ ਤਰਨ ਤਾਰਨ ਦੇ ਵਿੱਚ, ਐਸੀ ਗੱਲ ਨਹੀਂ ਹੈ। ਇਹ ਸਮਾਂ ਆਉਂਦਾ ਜਾਂਦਾ ਰਿਹਾ। ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ 4 ਸੀਟਾਂ ਜਿੱਤੀ ਸਨ। ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਹੈ। ਜਦੋਂ ਪੂਰੇ ਦੇਸ਼ ਦੇ ਅੰਦਰ ਕੋਈ ਇੱਕ ਸੀਟ ਨਹੀਂ ਆਮ ਆਦਮੀ ਪਾਰਟੀ ਜਿੱਤੀ, ਉਦੋਂ ਪੰਜਾਬ 'ਚ 4 ਸੀਟਾਂ ਜਿੱਤੇ ਸਨ। ਸੋ ਇਹ ਸਮਾਂ ਕਰਵਟ ਔਰ ਇਹ ਸਰਕਲ ਹੈ, ਇਹ ਚੱਲਦਾ ਰਹਿੰਦਾ। ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਬੇਸ, ਜਿਸ ਤਰ੍ਹਾਂ ਲੋਕਾਂ ਨੇ ਕੰਮ ਕਰਾਂਗੇ, ਸੇਵਾ ਕਰਾਂਗੇ, ਪਾਰਟੀ ਹੋਰ ਆਪਣਾ ਜਿਹੜੇ ਆਪਣੇ ਇਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ, ਜਿੱਥੇ ਜਿੱਥੇ ਕਮੀਆਂ ਰਹਿ ਗਈਆਂ ਉਹਦੇ ਤੇ ਗੌਰ ਫਰਮਾਵਾਂਗੇ, ਵਿਚਾਰ ਕਰਾਂਗੇ। ਮੈਨੂੰ ਕਿਸੇ ਨੂੰ ਰਿਹਾਈ ਨੂੰ ਲੈ ਕੇ ਮੇਰੇ ਮਨ ਚ ਕਿਸੇ ਪ੍ਰਕਾਰ ਦੀ ਕੋਈ ਦੁਬਧਾ ਨਹੀਂ ਹੈ, ਲੇਕਿਨ ਮੈਂ ਦੇਸ਼ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਕੰਸਟੀਟਿਊਸ਼ਨ ਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਸੰਵਿਧਾਨ ਦੇ ਮੁਤਾਬਕ ਜੇ ਸੰਵਿਧਾਨ ਦੀ ਪ੍ਰਕਿਰਿਆ ਹੈ ਕਿ ਵਿਅਕਤੀ, ਕੋਈ ਵੀ ਵਿਅਕਤੀ ਜੇਲ੍ਹ ਚ ਬੈਠਾ ਵੀ ਚੁਣਾਵ ਲੜ ਸਕਦਾ ਹੈ, ਤਾਂ ਉਹ ਸੰਵਿਧਾਨ ਦੀ ਪ੍ਰਕਿਰਿਆ ਦੇ ਮੁਤਾਬਕ ਹੋਇਆ ਹੈ ਔਰ ਉਹਨਾਂ ਨੇ ਚੋਣ ਜਿੱਤ ਪ੍ਰਾਪਤ ਕੀਤੀ ਹੈ। ਅਸੀਂ ਇਸ ਮੈਂਡੇਟ ਨੂੰ ਸਿਰ ਚੁਕਾਉਣੇ ਆ। ਜਿੱਥੇ ਯਾਰ ਮੈਂ ਗੱਲ ਤਾਂ ਪੂਰੀ ਹੋਣ ਦਿਓ ਨਾ, ਜਿੱਥੋਂ ਤੱਕ ਉਹਨਾਂ ਦੀ ਰਿਹਾਈ ਦੀ ਗੱਲ ਹੈ, ਇਹ ਵੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ, ਦੇਸ਼ ਦੇ ਕਾਨੂੰਨ ਦੇ ਮੁਤਾਬਕ, ਜੋ ਵੀ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਕਹਿੰਦਾ, ਸਾਨੂੰ ਕਿਸੇ ਪ੍ਰਕਾਰ ਦੀ, ਕਾਂਗਰਸ ਪਾਰਟੀ ਨੂੰ ਔਰ ਰਾਜੇ ਵੜਿੰਗ ਨੂੰ ਕਿਸੇ ਪ੍ਰਕਾਰ ਦੀ ਕੋਈ ਆਪੱਤੀ ਨਹੀਂ। ਕੁਲਵੀਰ ਸਿੰਘ ਜੀ ਦਾ ਉਹਨਾਂ ਦੇ ਪਰਚਾ ਦਰਜ ਹੋਇਆ ਸਰਕਾਰਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਲੈਕਸ਼ਨ ਲੜਨ ਤੋਂ ਬਾਅਦ ਹੀ ਹੋ ਗਿਆ। ਹਾਂ, ਮੈਂ ਸਮਝਦਾ ਕਿ ਕੁਲਵੀਰ ਸਿੰਘ ਜੀ ਦਾ ਤੇ ਦੂਸਰੀ ਵਾਰੀ ਇਹ ਕੰਮ ਹੋਇਆ ਹੈ। ਇਸ ਤਰ੍ਹਾਂ ਦਾ ਉਹ ਮੌਕੇ ਤੇ ਮੌਜੂਦ ਨਹੀਂ ਸਨ। ਮੇਰੀ ਐਸਐਸਪੀ ਨਾਲ ਵਾਰ-ਵਾਰ ਗੱਲ ਹੋਈ, ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਤੇ 307 ਦਾ ਮੁਕੱਦਮਾ ਰਜਿਸਟਰ ਕਰ ਦਿੱਤਾ ਗਿਆ। ਹਾਲਾਂਕਿ ਜਿਹੜੀ ਦੂਜੇ ਪਾਸੇ ਕਾਰਵਾਈ, ਉਹਨਾਂ ਦੇ ਚਾਚਾ ਜੀ ਦੇ ਬੇਟੇ ਦੀ ਕਾਰ ਕਿਸੇ ਨੇ ਜਲਾਤੀ, ਉਹ ਕੋਈ ਹਜੇ ਦੂਜੇ ਪਾਸੇ ਮੁਕੱਦਮਾ ਨਹੀਂ ਦਰਜ ਹੋਇਆ ਕੀਤਾ ਗਿਆ। ਸੋ ਮੈਂ ਸਮਝਦਾ ਕਿ ਇਹੋ ਜਿਹੀਆਂ ਗੱਲਾਂ ਦੇ ਨਾਲ
ਆਮ ਆਦਮੀ ਪਾਰਟੀ ਕਮਜ਼ੋਰ ਕਿਉਂ ਹੋਈ ਹੈ? ਆਉਂਦਿਆਂ ਸਾਰ ਮੁਕੱਦਮੇ ਤੇ ਮੁਕੱਦਮਾ, ਮੁਕੱਦਮੇ ਤੇ ਮੁਕੱਦਮਾ, ਮੁਕੱਦਮੇ ਤੇ ਮੁਕੱਦਮਾ, ਦੂਜੇ ਨੂੰ ਨੀਚਾ ਵਿਖਾਉਣਾ, ਇਸ ਕੰਮ ਚ ਉਲਝ ਕੇ ਰਹਿ ਗਏ। ਹਾਲਾਂਕਿ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੀਦੀ ਹੈ। ਸੋ ਕੁਲਬੀਰ ਜੀ ਦੇ ਤੇ ਜਿਹੜਾ ਮੁਕੱਦਮਾ ਹੋਇਆ, ਅਸੀਂ ਸਾਰੇ ਉਹਨਾਂ ਦੇ ਨਾਲ ਹੈ, ਮੈਂ ਘਰ ਵੀ ਜਾ ਰਿਹਾ, ਔਰ ਕੁਲਬੀਰ ਜੀ ਦਾ ਇਸ ਸਾਰੇ ਮਾਮਲੇ ਚੋਂ ਸੁਰਖਰੂ ਹੋ ਕੇ ਬਾਹਰ ਨਿਕਲ ਗਏ। ਹਾਂਜੀ, ਪੂਰੀ ਤਿਆਰੀ ਹੈ ਜੀ। ਇੱਕ ਅੱਧੇ ਦਿਨ ਚ ਦੇ ਵਿੱਚ ਅਸੀਂ ਕੈਂਡੀਡੇਟ ਐਲਾਨ ਦਿੱਤਾ ਜਾਏਗਾ, ਔਰ ਮੈਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਵੱਡੀ ਮਾਰਜਨ ਦੇ ਨਾਲ ਜਲੰਧਰ ਦੀ ਜਿਹੜੀ ਚਿਮਨੀ ਚੋਣ ਆ ਉਸੇ ਜਿੱਤਾਂਗੇ। ਨਰਿੰਦਰ ਮੋਦੀ ਵੱਲੋਂ ਜਿਹੜੀ ਗੱਲ ਸੋਚ ਚੁੱਕੀ ਸੀ, ਤੀਜੀ ਵਾਰ ਬੀਜੇਪੀ ਦੀ ਗਵਰਨਮੈਂਟ ਆ ਗਈ, ਕਿਸ ਤਰ੍ਹਾਂ ਦੇਖਦੇ ਰਾਜਾ ਵੜਿੰਗੜ? ਮੁਬਾਰਕਬਾਦ ਦੇਣਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਪਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ 10 ਸਾਲ ਗੁਜ਼ਰੇ ਹੈ, ਇਸ ਤਰ੍ਹਾਂ ਅਗਲੇ ਜਿਹੜੇ 5 ਸਾਲ ਨਾ ਗੁਜ਼ਰਨ, ਧਰਮ ਦੇ ਨਾਂ ਤੇ ਰਾਜਨੀਤੀ ਨਾ ਹੋਵੇ, ਲੋਕਾਂ ਨੂੰ ਨੀਚਾ ਵਿਖਾਉਣ ਦੀ ਰਾਜਨੀਤੀ ਨਾ ਹੋਵੇ, ਏਜੰਸੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ, ਸਭ ਨੂੰ ਇਕੁਅਲ ਪਲੇਟਫਾਰਮ ਦਿੱਤਾ ਜਾਵੇ, ਔਰ ਆਸ ਕਰਦਾ ਕਿ ਸਾਡਾ ਦੇਸ਼ ਤਰੱਕੀ ਕਰੇ, ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੀਜੇਪੀ ਆਪਦਾ ਯੋਗਦਾਨ ਪਾਵੇਗੀ ਤਾਂ ਚੰਗਾ ਹੋਵੇਗਾ। ਧੰਨਵਾਦ।